ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੀ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਥਾ ਥਾ ਤੇ ਜਾ ਕੇ ਅੱਕੇ ਪਏ ਐ ਠੀਕ ਹੀ ਨਹੀਂ ਹੋ ਰਹੀ ਉਹ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬਡਲਾਡਾ ਵੀ ਹੈ ਬਰੇਟਾ ਵੀ ਹੈ ਸੁਨਾਮ ਵੀ ਹੈ ਲਹਿਰਾਗਾਗਾ ਵੀ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਅੱਜ ਜਿਹੜੇ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਨੌਜਵਾਨਾਂ ਨਾਲ ਜੁੜਿਆ ਹੋਇਆ ਕਿਉਂਕਿ ਸਾਡੇ ਨੌਜਵਾਨ ਹੀ ਸਾਡੀ ਜੜ ਹਨ ਸਾਡੇ ਪੰਜਾਬ ਦੀ ਸ਼ਾਨ ਹਨ ਸੋ ਮੈਂ ਵੇਖਦਾ ਕੁਝ ਐਸੇ ਕੇਸ ਸਾਡੇ ਕੋਲੇ ਆਉਂਦੇ ਨੇ ਨੌਜਵਾਨਾਂ ਦੇ ਵੀ ਉਹ ਆਤਮ ਹੱਤਿਆ ਕਰਨ ਤੱਕ ਵਿਚਾਰੇ ਪਹੁੰਚੇ ਪਏ ਆ ਕਿਉਂਕਿ ਬਚਪਨ ਦੇ ਵਿੱਚ ਗਲਤੀਆਂ ਕਰ ਕਰਕੇ ਹੱਥ ਰੱਸੀ ਕਰ ਕਰਕੇ ਆਪਣੇ ਸਰੀਰ ਨੂੰ ਸੈਕਸ ਲੈਪ ਨੂੰ ਇੰਨਾ ਕਿ ਡੈਡ ਕਰ ਲੈਂਦੇ ਆ ਵੀ ਫਿਰ ਉਹ ਘਰ ਦੇ ਵਿਆਹ ਰੱਖ ਦਿੰਦੇ ਆ ਤੇ ਬੱਚਾ ਜਿਹੜਾ ਉਹ ਡਰਨਾ ਸ਼ੁਰੂ ਹੋ ਜਾਂਦਾ ਜਦੋਂ ਡਰ ਜਦੋਂ ਮਨ ਦੇ ਵਿੱਚ ਪੈ ਜਾਂਦਾ ਹੈ ਹਰ ਗੱਲ ਫਿਰ ਬੱਚਾ ਉਹ ਆਪਣੇ ਮਾਪਿਓ ਤੋਂ ਛੁਪਾਉਣਾ ਸ਼ੁਰੂ ਕਰ ਦਿੰਦਾ ਤੇ ਜਦੋਂ ਮਾਪਿਓ ਤੋਂ ਛੁਪਾਉਂਦਾ ਦੋਸਤਾਂ ਤੋਂ ਛੁਪਾਉਂਦਾ ਫਿਰ ਉਹ ਰੋਗ ਹੈ ਜਿਹੜਾ ਨਾਮਰਾਦ ਰੋਗ ਬਣ ਜਾਂਦਾ ਕਿਉਂਕਿ ਬੇਇਲਾਜ ਹੋ ਗਿਆ ਜਿਹਦਾ ਤੁਸੀਂ ਦੱਸਦੇ ਹੀ ਨਹੀਂ ਜਿੰਨਾ ਚ ਇੱਕ ਤੁਸੀਂ ਕਿਸੇ ਨੂੰ ਦੱਸੋਗੇ ਨਹੀਂ ਉਹਨਾਂ ਚ ਇੱਕ ਉਸ ਚੀਜ਼ ਦਾ ਇਲਾਜ ਨਹੀਂ ਹੋ ਸਕਦਾ ਇਸ ਕਰਕੇ ਭਾਈ ਪਹਿਲੇ ਨੰਬਰ ਤੇ ਜਿੰਨੇ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਿਆ ਕਰੋ ਆਪਣੀਆਂ ਪ੍ਰੋਬਲਮਾਂ ਇਸੇ ਤਰ੍ਹਾਂ ਹੀ ਆਪਣੇ ਮਾਪਿਓ ਨਾਲ ਵੀ ਸ਼ੇਅਰ ਕਰਿਆ ਕਰੋ ਕਿਉਂਕਿ ਹਰ ਇੱਕ ਚੀਜ਼ ਦਾ ਇਲਾਜ ਹੈ ਹਰ ਇੱਕ ਚੀਜ਼ ਨੂੰ ਅਸੀਂ ਠੀਕ ਕਰ ਸਕਦੇ ਹਾਂ ਪਰ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਨਹੀਂ ਤਾਂ ਉਹ ਫਿਰ ਇੱਕ ਨਾਮਰਾਜ਼ ਰੋਗ ਬਣ ਕੇ ਤੁਸੀਂ ਆਪਣੀ ਜੀਵਨ ਦੀ ਲੀਲਾ ਆਪ ਹੀ ਖਤਮ ਕਰ ਲੈਨੇ ਹੋ ਆਪ ਹੀ ਜੱਜ ਆਪ ਹੀ ਵਕੀਲ ਆਪ ਹੀ ਫੈਸਲਾ ਕਰ ਲੈਨੇ ਹੋ ਵੀ ਮੇਰੇ ਰੋਗ ਦਾ ਇਲਾਜ ਹੈ ਨਾ ਤਾਂ ਇਦਾਂ ਦਾ ਕੰਮ ਨਾ ਕਰਿਆ ਕਰੋ ਸੋ ਅੱਜ ਜਿਹੜਾ ਵਿਸ਼ਾ ਹੈ ਉਹ ਹੈ ਨੌਜਵਾਨਾਂ ਦਾ ਜਿਹੜੇ ਨੌਜਵਾਨ ਤਾਂਤ ਦਾ ਸ਼ਿਕਾਰ ਤਾਂਤ ਉਹਦੋਂ ਪੈਣੀ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਜਿਆਦੇ ਹਾਦਰਸੀ ਕਰਨੀ ਸ਼ੁਰੂ ਕਰ ਦਿੰਦਾ ਨੌਜਵਾਨ ਹਾਦਰਸੀ ਕਰ ਕਰਕੇ ਨਸਾਂ ਨੇ ਜਿਹੜੀਆਂ ਉਹ ਸਾਰੀਆਂ ਢਿੱਲੀਆਂ ਪੈ ਜਾਂਦੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਤੇ ਜਦੋਂ ਕਮਜ਼ੋਰ ਹੁੰਦੀਆਂ ਨੇ ਨਾ ਫਿਰ ਇਹ ਵੀਰਜ ਜਿਹੜਾ ਪਤਲਾ ਸ਼ੁਰੂ ਹੋ ਜਾਂਦਾ ਹੈ ਮੇਦੇ ਦੇ ਵਿੱਚ ਗਰਮੈਸ਼ ਪੈ ਜਾਂਦੀ ਹੈ ਉਹਦੇ ਨਾਲ ਫਿਰ ਸਰੀਰ ਦੀ ਸਾਰੀ ਚਰਬੀ ਸਾਰਾ ਸਰੀਰ ਦਾ ਵੀਰਜ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਨਾਲ ਸੈਕਸ ਲੱਫ ਹੈ ਜਿਹੜੀ ਬਿਲਕੁਲ ਡੈੱਡ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਸੋ ਫਿਰ ਸੈਕਸ ਟਾਈਮਿੰਗ ਵੀ ਖਤਮ ਹੋ ਜਾਂਦਾ ਹੈ ਸਟੈਂਡਿੰਗ ਹੋਣਾ ਵੀ ਖਤਮ ਹੋ ਜਾਂਦਾ ਹੈ ਤੇ ਬੱਚਾ ਫਿਰ ਵਿਆਹ ਦੇ ਲਾਇਕ ਨਹੀਂ ਰਹਿੰਦਾ ਇਹ ਹੈ ਤਾਂਤ ਦਾ ਕੰਮ ਤਾਂਤ ਸਰੀਰ ਨੂੰ ਖਤਮ ਕਰ ਦਿੰਦੀ ਹੈ ਕਹਿ ਲਓ ਵੀ ਹਰ ਪੱਖੋਂ ਸੋ ਇਸ ਕਰਕੇ ਭਾਈ ਇਹ ਤਾਂਤ ਦਾ ਇਲਾਜ ਹੈ ਜਿਹੜਾ ਇਹ ਬੜਾ ਸੌਖਾ ਵੀ ਹੈ ਤੇ ਤੁਸੀਂ ਆਪ ਵੀ ਕਰ ਸਕਦੇ ਹੋ ਤੇ ਹਰ ਐਤਵਾਰ ਨੂੰ ਤੁਸੀਂ ਡੱਸ ਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਆਪਣਾ ਗਰੰਟੀ ਨਾਲ ਇਲਾਜ ਤਾਂਤ ਦਾ ਕਰਵਾ ਸਕਦੇ ਹੋ ਸੋ ਤਾਤ ਹੈ ਜਿਹੜੀ ਇਹਦਾ ਇਲਾਜ ਤੁਸੀਂ ਘਰੇ ਕਰਨਾ ਹੈ ਤਾਂ ਉਹ ਨਾਰਮਲ ਚੀਜ਼ਾਂ ਨੇ ਵਿਧਾਰਾ 100 ਗ੍ਰਾਮ ਲੋਹਧ ਪਠਾਣੀ 100 ਗ੍ਰਾਮ ਸਮੁੰਦਰ ਫਲ ਹੈ ਜਿਹੜਾ ਜਾਂ ਸਮੁੰਦਰ ਸੌਖ ਹੈ ਜਿਹੜੀ ਉਹ ਲੈਣੀ ਹੈ 100 ਗ੍ਰਾਮ ਕਾਲਾ ਸੁਰਮਾ ਜਿਹੜਾ ਉਹ ਲੈਣਾ ਹੈ 50 ਗ੍ਰਾਮ ਚਿੱਟਾ ਸੁਹਾਗਾ ਜਿਹੜਾ ਉਹ ਲੈਣਾ ਹੈ 50 ਗ੍ਰਾਮ ਅਨਾਰ ਦੇ ਫੁੱਲ ਲੈਣੇ ਹੈ 50 ਗ੍ਰਾਮ ਗੁਲਾਬ ਦੇ ਫੁੱਲ 50 ਗ੍ਰਾਮ ਮਾਂਜੂ ਫਲ 100 ਗ੍ਰਾਮ ਕਿਕਰ ਦੀ ਫਲੀ 100 ਗ੍ਰਾਮ ਬੇਲਗिरी 100 ਗ੍ਰਾਮ ਤੇ ਸਰਦ ਚ ਇੰਨੀ ਆ ਜਿਹੜੀ 100 ਗ੍ਰਾਮ ਕੱਚਾ ਕੋਲ ਕੱਥਾ ਜਿਹੜਾ ਉਹ ਲੈਣਾ ਤੁਸੀਂ 50 ਗ੍ਰਾਮ ਕੋਲ ਡੋਡੇ ਲੈਣੇ ਆ 50 ਗ੍ਰਾਮ ਸੇਲ ਖੜੀ ਹੈ ਜਿਹੜੀ ਇਹ ਲੈਣੀ ਆ 50 ਗ੍ਰਾਮ ਚਿੱਟਾ ਜੀਰਾ 50 ਗ੍ਰਾਮ ਤੇ ਅੰਬ ਦੀ ਗਟਕ ਦੀ ਗਿਰੀ ਹੈ ਜਿਹੜੀ ਉਹ ਲੈਣੀ ਆ 50 ਗ੍ਰਾਮ ਕੁੱਠ ਲੈਣੀ ਆ 50 ਗ੍ਰਾਮ ਮਲਠੀ ਲੈਣੀ ਆ 50 ਗ੍ਰਾਮ ਅੱਕ ਦੇ ਫੁੱਲ ਨੇ ਜਿਹੜੇ ਉੱਤੇ ਸੁੱਕੇ ਹੋਏ ਉਹ ਲੈਣੇ ਆ 50 ਗ੍ਰਾਮ ਰਸੌਂਤ ਲੈਣੀ ਆ 50 ਗ੍ਰਾਮ ਗੁੱਲਰ ਦੇ ਫੁੱਲ ਲੈਣੇ ਆ 50 ਗ੍ਰਾਮ ਪਾਠਾ 50 ਗ੍ਰਾਮ ਗਲੋਏ ਦਾ 7 50 ਗ੍ਰਾਮ ਤੇ ਮੁਕਤਾ ਸ਼ਕਤੀ ਭਸਮ ਹੈ ਜਿਹੜੀ ਉਹ ਲੈਣੀ ਹੈ ਤੁਸੀਂ ਸਿਰਫ 5 ਗ੍ਰਾਮ ਮੋਤੀ ਭਸਮ ਹੈ ਜਿਹੜੀ ਉਹ ਲੈਣੀ ਹੈ ਤੁਸੀਂ 2 ਗ੍ਰਾਮ ਤੇ 20 ਦਾਣੇ ਜਿਹੜਾ ਉਹ ਲੈਣੇ ਤੁਸੀਂ 50 ਗ੍ਰਾਮ ਇਹ ਤਾਂਤ ਵਾਸਤੇ ਤੁਸੀਂ ਘਰ ਦੇ ਵਿੱਚ ਨੁਕਸਾ ਜਿਹੜਾ ਉਹ ਤਿਆਰ ਕਰ ਸਕਦੇ ਹੋ ਮੈਂ ਗਰੰਟੀ ਸਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ 10 ਲੱਖ ਤੱਕ ਦੀ ਗਰੰਟੀ ਦੇਣ ਨੂੰ ਤਿਆਰ ਆ ਵੀ ਤੁਸੀਂ ਇਸ ਨੁਕਤੇ ਨੂੰ ਬਣਾ ਕੇ ਵਰਤੋ ਤੁਹਾਡੀ ਤਾਤ ਪਹਿਲੇ ਦਿਨ ਤੋਂ ਪਿਸ਼ਾਬ ਦੇ ਵਿੱਚ ਡਿੱਗਣੀ ਬੰਦ ਹੋ ਜਾਏਗੀ ਪਹਿਲੇ ਦਿਨ ਤੋਂ ਬਾਅਦ ਕਦੇ ਤੁਹਾਨੂੰ ਤਾਤ ਨਹੀਂ ਪਵੇਗੀ ਇੱਕ ਮਹੀਨਾ ਇਹ ਨੁਕਤਾ ਜਿਹੜਾ ਵਰਤ ਲਓ ਜ਼ਿੰਦਗੀ 'ਚ ਤੁਹਾਨੂੰ ਤਾਤ ਦਾ ਰੋਗ ਨਹੀਂ ਹੋਏਗਾ ਜ਼ਿੰਦਗੀ 'ਚ ਵੀਰਜ ਦੇ ਵਿੱਚ ਪਿਸ਼ਾਬ ਕੁਲਕੇ ਨਹੀਂ ਆਏਗਾ ਇਸ ਚੀਜ਼ ਦੀ ਸਾਡੀ ਪੂਰੀ ਗਾਰੰਟੀ ਹੈ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਨਵਜ ਦੇਖ ਕੇ ਦਵਾਈ ਦਿੰਨਾ ਤੁਸੀਂ ਨੌਜਵਾਨਾਂ ਦੇ ਜਿੰਨੇ ਵੀ ਰੋਗ ਨੇ ਚਾਹੇ ਉਹ ਟਾਈਮਿੰਗ ਹੈ ਚਾਹੇ ਢਿੱਲਾਪਣ ਹੈ ਚਾਹੇ ਤਾਂਤ ਹੈ ਚਾਹੇ ਸੋਪਣ ਦੋਸ਼ ਹੈ ਚਾਹੇ ਲਿੰਗ ਦਾ ਛੋਟਾਪਨ ਪਤਲਾਪਣ ਹੈ ਜੋ ਵੀ ਤੁਹਾਨੂੰ ਸੈਕਸ ਦੀ ਪ੍ਰੋਬਲਮ ਹੈ ਉਹਦਾ ਗਰੰਟੀ ਦੇ ਨਾਲ ਸਟੈਂਪ ਪੇਪਰ ਤੇ ਗਰੰਟੀ ਲਿਖਾ ਕੇ ਲੈ ਲਿਓ ਗਰੰਟੀ ਦੇ ਨਾਲ ਉਹਦਾ ਇਲਾਜ ਹੁੰਦਾ ਹੈ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਕੱਲਾ ਮਰੀਜ਼ਾਂ ਨੂੰ ਮਿਲਦਾ ਕਈ ਨੌਜਵਾਨਾਂ ਦੇ ਸਵਾਲ ਹੁੰਦੇ ਆ ਵੀ ਸਾਰਿਆਂ 'ਚ ਤਾਂ ਨਹੀਂ ਮਿਲਦੇ ਇਕੱਲੇ ਨੂੰ ਮਿਲਦਾ ਮੈਂ ਨਵਜ ਦਿਖਾ ਕੇ ਪੂਰੀ ਸਮੱਸਿਆ ਸੁਣਾ ਕੇ ਤੁਸੀਂ ਆਪਣਾ ਰੋਗ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਸੋ ਹਰ ਐਤਵਾਰ ਨੂੰ ਨੌਜਵਾਨਾਂ ਦੇ ਜਿੰਨੇ ਵੀ ਰੋਗ ਨੇ ਤਾਂ ਤਾ ਤੈ ਸੁਪਨਦੋਸ਼ਾ ਟਾਈਮਿੰਗ ਹੈ ਢਿੱਲਾਪਨ ਹੈ ਛੋਟਾਪਨ ਹੈ ਪਤਲਾਪਨ ਜਿੰਨੇ ਵੀ ਨੇ ਇਹ ਸਾਰਿਆਂ ਦਾ ਗਰੰਟੀ ਨਾਲ ਸਟੈਂਪ ਪੇਪਰ ਤੇ ਲਿਖਾ ਕੇ ਲੈ ਲਿਓ ਇਹਨਾਂ ਦਾ ਇਲਾਜ ਇੱਕ ਮਹੀਨੇ ਦੇ ਵਿੱਚ ਅਸੀਂ ਪੂਰਾ ਗਰੰਟੀ ਨਾਲ ਕਰ ਦਿੰਦੇ ਹਾਂ ਸੋ ਬਾਕੀ ਤੁਸੀਂ ਘਰੇ ਬੈ ਕੇ ਵੀ ਆਪ ਵੀ ਦਵਾਈਆਂ ਤਿਆਰ ਕਰ ਸਕਦੇ ਹੋ ਆਪਣੇ ਇਲਾਜ ਆਪ ਵੀ ਕਰ ਸਕਦੇ ਹੋ ਸੋ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲਦੇ ਆਪਾਂ ਸੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋਓ ਚੈਨਲ ਦੇ ਨਾਲ ਜੁੜੇ ਹੋਏ ਹੋਓ ਬਾਕੀ ਜਿਹੜੇ ਨਵੇਂ ਵੀਡੀਓ ਦੇਖਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਲ ਦੇ ਆਧਾਰ ਤੇ ਪਹੁੰਚ ਸਕੇ। ਬਾਕੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸੇ ਦੀ ਅਸੀਂ ਜ਼ਿੰਦਗੀ ਬਚਾ ਸਕੀਏ ਕਿਸੇ ਦਾ ਭਲਾ ਕਰ ਸਕੀਏ। ਸੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਜੁੜੇ ਹੋਇਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ